अक्सर तुसी वेख्या होना कि जो भी किसी सड़क के किनारे तुसी गुजरते हो कोई तुसी कुलाड़ी लगी वेखते हो तो तुहाडे मन भी चाहता होगा कि जाकर गर्म गर्म गुड़ खादा जाए, गर्म गर्म शक्कर का आनंद माणिया जाए, पर फिर कित ना कि सोचने लिए मजबूर हो जाते हो कि अजकल इन्ना कुछ रसायनिक कीटनाशक चले हुए हैं कि उन्हों का प्रयोग तो नहीं कितने किया गया। इस गल डरते हुए कई बार तुसी झिझक जाते हो और तुहाडे पैर उत्थे जाण तो रुक जाते हैं। असीं कुलाड़ी ते पहुंचे हुए इस वक्त अते खास गल यह है कि इस कुलाड़ी ते तुहानू करीब 12 किस्मां तुहानू गुड़ दियां मिलणगियां जो कि अड्ड अड्ड वरायटी बनाई हुई है, जिदे विच चॉकलेट वाला गुड़ भी हो सकता है या बच्चे कई बार चॉकलेट मंगते तो उस दी थां ते उसनू वह गुड़ दिता जा सकता है या हल्दी वाला गुड़ हो भी उत्थे तुहानू दिखाई देवेगा। इस वक्त असीं कुलाड़ी ते मौजूद हाँ, देख सकते तुहानू दूर तक नज़र आवेगा तुहानू गन्ने तुहानू दिखाई देणगे इत्थे जिथे कि इस वक्त की गल करिए इत्थे ही गन्ने उगाए जाते हैं, इत्थे ही पूरा प्रोसैस पैदावार तो लैके गुड़ बन के पैक होने तक सारा प्रोसैस जिहड़ा हैगा इन्हां दी आपदी देख रेख विच हुंदा है। दूजे पासे तुहानू कुलाड़ी ते नज़र मरवा दिंदे आ जिथे कि इस वक्त प्रोसैस चल रहा है, जो कारीगर ने वो लगे हुए ने अते हर एक चीज़ का सफाई का ध्यान रखते हुए इत्थे गुड़ नू तैयार किया जा रहा है। ਤਾਂ ਬਾਈ ਜੀ ਤੱਕ ਪ੍ਰੋਸੈਸ ਸ਼ੁਰੂ ਕਰ ਲੈਣੇ ਆ। ਬਾਈ ਜੀ ਸਭ ਤੋਂ ਪਹਿਲੇ ਜੋ ਇਸ ਵਕਤ ਚੱਲ ਰਿਹਾ ਇਸ ਦੇ ਬਾਰੇ ਜਾਣਕਾਰੀ ਜੀ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸਾਡੇ ਪਲਾਂਟ 'ਤੇ ਆਏ ਤੁਸੀਂ। ਅਤੇ ਦੂਸਰੀ ਗੱਲ ਜਿਹੜਾ ਹੈਗਾ ਵੀ ਇਹ ਸਾਰਾ ਪਲਾਂਟ ਹੈ ਇਹ ਆਪਣਾ ਭਾਈ ਰੂਪਾ ਵਿਖੇ ਸਥਿਤ ਹੈ ਅਤੇ ਇਹ ਗੰਨਾ ਜਿਹੜਾ ਹੈਗਾ ਇਹ ਆਪਣੀ ਆਪਦੀਆਂ ਸਾਰੀਆਂ ਵਰਾਇਟੀਆਂ, ਮਤਲਬ ਆਪਾਂ ਆਪਦਾ ਹੀ ਗੰਨਾ ਬੀਜਦੇ ਹਾਂ ਔਰ ਉਸਨੂੰ ਬਹੁਤ ਘੱਟ ਰੇਹ ਵਗੈਰਾ ਪਾ ਕੇ ਸਪਰੇ ਦਾ ਨਾ ਮਾਤਰ ਸਪਰੇ ਕਰਦੇ ਹਾਂ ਇਹਦੇ 'ਤੇ ਅਤੇ ਉਹਨੂੰ ਆਪ ਹੀ ਪ੍ਰੋਸੈਸ ਕਰਕੇ ਗੁੜ ਬਣਾ ਕੇ ਉਹਦਾ ਆਪਣੇ ਆਊਟਲੈਟ 'ਤੇ ਸੇਲ ਕਰਦੇ ਹਾਂ। ਬਹੁਤ ਲੋਕਾਂ ਦੇ ਮਨ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਵੀ ਕਿਤੇ ਇਸ ਵਿੱਚ ਕੁਛ ਜ਼ਿਆਦਾ ਰਸਾਇਣਿਕ ਤਾਂ ਨਹੀਂ, ਕਿਤੇ ਕੁਛ ਵੀ ਕੀਟਨਾਸ਼ਕ ਹੋਵੇ ਜਿਹਦੇ ਨਾਲ ਕਿਤੇ ਬੱਚਾ ਬਿਮਾਰ ਹੋ ਜਾਏ, ਕਿਉਂਕਿ ਅਕਸਰ ਅੱਜ ਦਾ ਟਾਈਮ ਜਿਹੜਾ ਬੱਚੇ ਚੋਕਲੇਟ ਕੈਂਡੀਜ਼ ਵੱਲ ਜ਼ਿਆਦਾ ਜਾਂਦੇ ਨੇ। ਹਾਂਜੀ ਇਹ ਗੱਲ ਹੈ। ਵੈਸੇ ਇਹ ਜਿੰਨਾ ਹੁਣ ਗੰਨਾ ਬਿਜਾਈ ਤੋਂ ਲੈ ਕੇ ਮਤਲਬ ਇਹਦਾ ਐਂਡ ਤੱਕ ਪ੍ਰੋਸੈਸ ਸਾਰਾ ਉਹ ਆਪਣਾ ਅਸੀਂ ਆਪਦੇ ਹੱਥੀਂ ਤਿਆਰ ਕਰਦੇ ਹਾਂ ਇਹਨੂੰ। ਜੋ ਹੈ ਵੀ ਦੂਸਰਾ ਕਈ ਹੈ ਵੀ ਜ਼ਿਆਦਾ ਰੇਸ ਵਗੈਰਾ ਪੈਂਦੀ ਆ ਗੰਨੇ ਨੂੰ, ਉਹ ਅਸੀਂ ਉਸਦੀ ਵੀ ਬਹੁਤ ਘੱਟ ਵਰਤੋਂ ਕਰਦੇ ਹਾਂ। ਔਰ ਦੂਸਰੀ ਗੱਲ ਜਿਹੜਾ ਗੁੜ ਬਣਾਉਣ ਦਾ ਪ੍ਰੋਸੈਸ ਆ ਸਾਰਾ, ਉਹਦੇ ਵਿੱਚ ਵੀ ਅਸੀਂ ਕੋਈ ਕੈਮੀਕਲ ਇਹਦੇ ਵਿੱਚ ਨਹੀਂ ਵਰਤਦੇ। ਜਿਹੜੀ ਸਫਾਈ ਹੁੰਦੀ ਆ ਮੈਲ ਦੀ ਉਹ ਇਕੱਲੇ ਭਿੰਡੀ ਦੀ ਆਉਂਦੀ ਆ ਕਿ ਸੁਖਲਾਈ ਬੋਲ ਦਿੰਦੇ ਆ ਉਹਨੂੰ। ਜਿਹੜਾ ਇਹ ਗੰਨਾ ਤੁਸੀਂ ਵੇਖ ਰਹੇ ਇਹ ਕਿਹੜੀ ਕਿਸਮ ਹੈ, ਇਹਦੀ ਕਿਸਮਾਂ ਵੱਖ ਵੱਖ ਹੁੰਦੀਆਂ? ਹਾਂਜੀ ਇਹ ਕਿਸਮਾਂ ਹੈਗੀਆਂ ਜੀ, ਇਹ ਤਾਂ ਹੈਗੀ ਆ 85, ਇਹਦੇ ਨਾਲ ਹੀ 88 ਆ ਅਤੇ ਬਾਕੀ 96 ਹੋ ਗਈ, 98 ਹੋ ਗਈ, 64 ਆ। ਕੁਛ ਖਾਸੀਅਤ ਵੀ ਹੁੰਦੀ ਬੱਕਰੀ ਕਿਸਮ? ਹਾਂਜੀ ਹਾਂਜੀ ਇਹ ਜਿਵੇਂ 85 ਹੋ ਗਈ, 85 ਨੂੰ ਤਾਂ ਆਪਾਂ ਜੂਸ ਲਈ ਵੀ ਵਰਤ ਸਕਦੇ ਹਾਂ ਔਰ ਗੁੜ ਲਈ ਵੀ, ਅਤੇ ਦੂਸਰੇ 88 ਵਗੈਰਾ ਹੋ ਗਏ, 64 ਹੋ ਗਿਆ, ਅਤੇ ਦੂਸਰਾ 96, 98 ਇਹ ਸਾਰੇ ਗੁੜ ਲਈ ਵੇ। ਤਾਂ ਅਸੀਂ ਜਦੋਂ ਐਂਟਰ ਕੀਤਾ ਤਾਂ ਬੜੀ ਸੋਹਣੀ ਤੁਸੀਂ ਬਾਹਰ ਸ਼ੋਰੂਮ ਬਣਾਇਆ ਹੋਇਆ ਇੱਕ ਤਰੀਕੇ ਦਾ ਆਊਟਲੈਟ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਅੱਜ ਦੀ ਲੈਂਗੁਏਜ 'ਚ। ਤਾਂ ਉੱਥੇ ਕਿਹੜੀ ਕਿਹੜੀ ਕਿਸਮਾਂ ਤੁਹਾਡੇ ਕੋਲ ਕੈਂਡੀਜ਼ ਜਿਹੜੀ ਹੈਗੇ ਨੇ ਜਾਂ ਗੁੜ ਦੀ ਗੱਲ ਕਰੀਏ ਆਪਾਂ, ਕੀ ਕੁਛ ਤੁਹਾਡੇ ਕੋਲ ਹੈਗਾ? ਇੱਥੇ ਅਸੀਂ 10 ਤਰ੍ਹਾਂ ਦਾ ਗੁੜ ਤਿਆਰ ਕਰਦੇ ਹਾਂ ਔਰ 2 ਤਰ੍ਹਾਂ ਦੀ ਸ਼ੱਕਰ ਤਿਆਰ ਹੁੰਦੀ ਆ। ਸ਼ੱਕਰ ਦੇ ਵਿੱਚ ਤਾਂ ਇੱਕ ਤਾਂ ਨੋਰਮਲ ਸ਼ੱਕਰ ਹੈਗੀ ਔਰ ਦੂਸਰੀ ਹਲਦੀ ਵਾਲੀ ਸ਼ੱਕਰ ਹੈਗੀ, ਅਤੇ ਗੁੜ ਹੈਗਾ ਜੀ ਸਾਡੇ ਕੋਲ ਸਿੰਪਲ ਗੁੜ ਹੈ, ਸੌਂਫ ਵਾਲਾ ਹੈ, ਮੂੰਗਫਲੀ ਵਾਲਾ ਹੈ, ਔਲੇ ਵਾਲਾ ਹੈ, ਡਰਾਈ ਫਰੂਟ ਵਾਲਾ ਹੈ, ਚੋਕਲੇਟ ਵਾਲਾ ਹੈ ਔਰ ਨਾਰੀਅਲ ਵਾਲਾ ਗੁੜ ਆ ਗਿਆ ਉਹਦੇ 'ਚ, ਔਰ ਇੱਕ ਦੋ ਵਰਾਇਟੀਆਂ ਹੋਰ ਅਲਸੀ ਵਾਲਾ ਆ ਗਿਆ, ਚਣੇ ਪਾ ਕੇ ਇੱਕ ਉਹ ਬਣਾਇਆ ਹੋਇਆ ਗੁੜ, ਇਸ ਤਰ੍ਹਾਂ ਦੇ 10 ਵਰਾਇਟੀਆਂ ਗੁੜ ਦੀਆਂ ਆ ਗਈਆਂ, 2 ਵਰਾਇਟੀਆਂ ਸ਼ੱਕਰ ਦੀਆਂ, 12 ਐਡ ਵਰਾਇਟੀਆਂ ਇਹ ਜਿਹੜੀਆਂ ਇੱਕ ਗੰਨੇ ਤੋਂ ਤਿਆਰ ਹੁੰਦੀਆਂ ਸਾਰੀਆਂ ਇਹ। ਇਸ ਪਾਸੇ ਗੁੜ ਬਣ ਕੇ ਤਿਆਰ ਹੋ ਰਿਹਾ? ਹਾਂਜੀ ਇਹ ਗੰਨੇ ਦਾ ਸਾਰਾ ਆਪਣਾ ਜੂਸ ਆਉਂਦਾ ਇੱਥੇ, ਪਹਿਲੇ ਕੜਾਹੇ 'ਚ ਉੱਧਰੋਂ ਜੂਸ ਆ ਜਾਂਦਾ ਕਲਾੜੇ ਦੇ ਉੱਪਰੋਂ ਔਰ ਇਹਦੇ 'ਤੇ ਸਫਾਈ ਹੋ ਕੇ ਇਹ ਭਿੰਡੀ ਨਾਲ ਸਫਾਈ ਹੁੰਦੀ ਹੈਗੀ, ਮੈਲ ਉਤਾਰੀ ਜਾਂਦੀ ਹੈ ਇਹਦੀ, ਮੈਲ ਉਤਾਰ ਕੇ ਔਰ ਦੂਸਰੇ ਕੜਾਹੇ 'ਚ ਚਲਾ ਜਾਂਦਾ ਜੂਸ, ਦੂਸਰੇ 'ਚ ਜੇ ਮਾੜੀ ਮੋਟੀ ਕੋਈ ਮੈਲ ਰਹਿ ਜਾਂਦੀ ਹੈ ਤਾਂ ਉਹ ਉਤਾਰ ਕੇ ਤਾਂ ਤੀਸਰੇ 'ਚ ਚਲਾ ਜਾਂਦਾ। ਉਹਦੇ ਵਿੱਚ ਗੁੜ ਤਿਆਰ ਹੁੰਦਾ ਹੈਗਾ 100 ਜਾਂ 3-4 ਡਿਗਰੀ 'ਤੇ ਜਾ ਕੇ ਗੁੜ ਬਣਦਾ ਹੈਗਾ ਉੱਥੇ, ਫਿਰ ਉੱਧਰ ਗੰਡ 'ਤੇ ਨਿਕਲ ਜਾਂਦਾ, ਗੰਡ ਤੋਂ ਬਾਅਦ 10 ਮਿੰਟ ਲੱਗ ਜਾਂਦੇ ਉਹਨੂੰ ਚੰਡ ਕੇ, ਚੰਡਾਈ ਕਰਕੇ ਮਤਲਬ ਬੋਲਦੇ ਨੇ ਪੁਰਾਣੀ ਲੈਂਗੁਏਜ 'ਚ, ਤਾਂ ਚੰਡ ਕੇ ਗੁੜ ਫਿਰ ਉੱਥੇ ਬਾਹਰ ਆ ਜਾਂਦਾ, ਗੁੜ ਪੂਰਾ ਉੱਥੇ ਆ ਕੇ
ਤਿਆਰ ਹੋ ਜਾਂਦੀ ਹੈ। ਸਾਰੀ ਕਹਾਣੀ ਇੱਥੇ ਆਉਂਦੀ ਹੈ। ਇੱਥੇ ਇੱਥੇ ਕੈਮੀਕਲ ਦਾ ਯੂਜ਼ ਹੁੰਦਾ ਕਿ ਨਹੀਂ ਹੁੰਦਾ? ਨਹੀਂ, ਇੱਥੇ ਕੋਈ ਕੈਮੀਕਲ ਦਾ ਯੂਜ਼ ਨਹੀਂ ਹੁੰਦਾ। ਇੱਥੇ ਆ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਜਿਹੜੀ ਇਹ ਲੇਸਦਾਰ ਆਹ ਭਿੰਡੀ ਹੈਗੀ, ਇਹ ਭਿੰਡੀ ਹੈ, ਭਿੰਡੀ ਦਾ ਪੂਰਾ ਬੂਟਾ ਹੁੰਦਾ ਔਰ ਇਸ ਨੂੰ ਮਲ ਕੇ ਪਾਣੀ ਦੇ ਵਿੱਚ ਇਹ ਲੇਸਦਾਰ ਬਣ ਜਾਂਦਾ ਪਾਣੀ ਇਹਦਾ। ਇੰਨੀ ਇੰਨੀ ਅੱਜ ਦੇ ਟਾਈਮ 'ਚ ਮਿਹਨਤ ਬਹੁਤ ਘੱਟ ਲੋਕ ਕਰਦੇ ਕਿ ਇਹਨੂੰ ਮਲਣਗੇ? ਕਿਉਂ ਬਹੁਤ ਘੱਟ ਲੋਕ ਮਿਹਨਤ ਕਰਦੇ ਅੱਜ ਦੇ ਟਾਈਮ 'ਚ ਕਿ ਇਹਨੂੰ ਮਲ ਕੇ ਇਸ ਤਰੀਕੇ ਨਾਲ ਕੀਤਾ ਜਾਵੇ? ਨਹੀਂ, ਇਹ ਮਲ ਕੇ ਇਹਨੂੰ ਕਰਨੀ ਪੈਂਦੀ ਹੈ ਜੀ। ਵੈਸੇ ਜੇ ਆਪਾਂ ਹੁਣ ਕਿ ਨਹੀਂ ਤਾਂ ਕੈਮੀਕਲ ਨਾਲ ਵੀ ਵੈਸੇ ਮੈਲ ਉਤਰ ਜਾਂਦੀ ਆ, ਪਰ ਇਹ ਜੋ ਆਪਾਂ ਬੋਲਦੇ ਹਾਂ ਵੀ ਹੁਣ ਕੈਮੀਕਲ ਜਾਂ ਇਹ ਕੁਛ ਵਰਤਦੇ ਨਹੀਂ ਗੇ, ਤਾਂ ਉਹ ਇਸ ਇਕੱਲਾ ਭਿੰਡੀ ਨਾਲ ਹੀ ਸਫਾਈ ਹੁੰਦੀ ਆ ਔਰ ਦੂਸਰਾ ਕੋਈ ਕੈਮੀਕਲ ਇਹਦੇ ਉੱਤੇ ਵਰਤਿਆ ਨਹੀਂ ਜਾਂਦਾ ਗੁੜ ਦੇ ਵਿੱਚ। ਟੈਕਨੀਕਲ ਗੱਲ ਕਰੀਏ ਆਪਾਂ ਇਹਨਾਂ ਦੇ ਵਿੱਚ ਕੀ ਕੀ ਪੈਂਦਾ, ਇਹਨਾਂ ਦੇ ਵਿੱਚ ਕੀ ਕੁਛ ਹੈਗਾ ਜੋ ਇਸ ਵਕਤ ਇੱਥੇ ਇਹ ਪ੍ਰੋਸੈਸ ਚੱਲ ਰਿਹਾ? ਇਹ ਬਸ ਜੂਸ ਔਰ ਦੂਸਰਾ ਸਫਾਈ ਭਿੰਡੀ ਨਾ ਹੋਣੀ ਆ, ਇਹਦਾ 'ਚ ਹੋਰ ਕੋਈ ਦੂਸਰੀ ਚੀਜ਼ ਨਹੀਂ ਪੈਂਦੀ। ਲਾਸਟ ਵਾਲੇ ਕੜਾਹੇ 'ਚ ਜਾ ਕੇ ਸਰੋਂ ਦਾ ਤੇਲ ਪੈਂਦਾ ਇਕੱਲਾ, ਆਪਾਂ ਜਿਹੜਾ ਆਪਾਂ ਘਰ ਸਰੋਂ ਖਾਣ ਲਈ ਸਰੋਂ ਦਾ ਤੇਲ ਵਰਤਦੇ ਹਾਂ ਉਹੀ ਸਰੋਂ ਦਾ ਤੇਲ ਇੱਥੇ ਪੈਂਦਾ ਬਸ। ਗੁੜ ਤਿਆਰ ਹੋ ਗਿਆ, ਇਸ ਤੋਂ ਬਾਅਦ ਅਗਲਾ ਜੋ ਤੁਸੀਂ ਅੱਗੇ ਜੋ ਕੁਛ ਵੀ ਐਡ ਕਰਦੇ ਇਸ ਦੇ ਵਿੱਚ, ਜਾਂ ਜਿਵੇਂ ਮੰਨ ਲਓ ਹਲਦੀ ਵਾਲਾ ਤੁਸੀਂ ਬਣਾਉਂਦੇ ਹੋ, ਮੰਨ ਲਓ ਅਤੇ ਉਹ ਹਲਦੀ ਪਹਿਲੇ ਐਡ ਹੁੰਦੀ ਹੈ ਬਾਅਦ ਵਿੱਚ? ਨਹੀਂ, ਉਹ ਹਲਦੀ ਵਗੈਰਾ ਜਿਹੜੀ ਹੁੰਦੀ ਆ ਉਹ ਇੱਥੇ ਜਦੋਂ ਗੁੜ 'ਚ ਗੰਡ 'ਤੇ ਬਾਹਰ ਆ ਗਿਆ ਉਹਦਾ ਥੋੜ੍ਹਾ ਜਿਹਾ ਪ੍ਰੋਸੈਸ ਅਲੱਗ ਆਗਾ। ਉਹ ਛੋਟਾ ਗੰਡ ਬਣਾਇਆ ਹੋਇਆ ਹੈਗਾ ਲੱਕੜ ਦਾ, ਉਹਦੇ ਵਿੱਚ ਉਹਨੂੰ ਗੁੜ ਨੂੰ ਕੱਢ ਲੈਂਦੇ ਹਾਂ। ਗੁੜ ਨੂੰ ਕੱਢ ਕੇ ਅਤੇ ਉਹਦੇ ਵਿੱਚ ਜੋ ਕੁਛ ਐਡ ਕਰਨਾ ਹੁੰਦਾ ਉਹ ਐਡ ਕਰਕੇ ਅਤੇ ਦੂਸਰਾ ਆਪਣਾ ਮੋਲਡ ਹੈਗਾ ਆਪਣਾ ਬਣਾਇਆ ਵਾ ਸਟੀਲ ਦਾ, ਫੂਡ ਗ੍ਰੇਡ ਸਟੀਲ ਦਾ ਮੋਲਡ ਬਣਾਇਆ ਔਰ ਉਹਦੇ ਵਿੱਚ ਉਹ ਪੀਸ ਬਣ ਜਾਂਦੇ ਆ ਉਹਦੇ ਨਾਲ। ਜਿਹੜੀ ਚਿਮਨੀਜ਼ ਬਣਾਈ ਨਾ ਪ੍ਰਯੋਗ ਵੀ ਹੁੰਦਾ ਆ ਵੈਸੇ ਸ਼ੋਅ ਵਾਸਤੇ? ਨਹੀਂ, ਇਹਦੇ ਨਾਲ ਹੀ ਹੁੰਦਾ ਜੀ, ਇਹ ਭੱਠੀ ਹੈਗੀ ਪਿੱਛੇ ਉੱਧਰੋਂ ਲੰਬੀ ਆਉਂਦੀ ਆ ਔਰ ਸਾਰਾ ਜਿਹੜਾ ਇਹਦਾ ਸੇਕ ਆ ਉੱਪਰੋਂ ਇੱਥੋਂ ਹੀ ਨਿਕਲਦਾ ਕੇ, ਯਾਨੀ ਕਿ ਸਿੱਕਾ ਥੱਲੇ ਥੱਲੇ ਹੋ ਕੇ ਇਹਦੇ ਵਿੱਚ ਦੇ ਉੱਪਰ ਆਇਆ? ਹਾਂਜੀ ਹਾਂਜੀ ਹਾਂਜੀ, ਇਹ ਉੱਪਰ ਇੱਥੇ ਨਿਕਲਦਾ ਇਹਦਾ ਆ ਕੇ ਸੇਕ। ਅਤੇ ਜਦੋਂ ਲੋਕ ਆਉਂਦੇ ਤੁਹਾਡੇ ਕੋਲ ਕੁਛ ਲੈਣ ਇੱਥੇ, ਉਦੋਂ ਕਿਸ ਤਰੀਕੇ ਦਾ ਮਨ ਵਿੱਚ ਉਹਦਾ ਕੋਈ ਸਵਾਲ ਜਵਾਬ ਬਹੁਤ ਕਰਦੇ ਹੋ ਤੁਹਾਡੇ ਕੋਲ ਲੋਕ? ਹਾਂਜੀ, ਬਹੁਤ ਜ਼ਿਆਦਾ। ਇਹਦੇ ਵਿੱਚ ਹੁਣ ਜਦੋਂ ਇੱਥੇ ਆ ਕੇ ਮਤਲਬ ਸਾਰਾ ਕੁਛ ਬਣਾਉਂਦੇ ਹਾਂ ਤਾਂ ਉਹ ਵੈਸੇ ਲੋਕਾਂ ਦਾ ਆਉਣ ਵਾਲੇ ਦਾ ਸਵਾਲ ਇਹੀ ਹੁੰਦਾ ਹੈ ਵੀ ਇਹਦੇ ਵਿੱਚ ਕੋਈ ਕੈਮੀਕਲ ਤਾਂ ਨਹੀਂ ਪਾਇਆ ਜਾਂ ਕੁਛ ਚਾਹ ਵਗੈਰਾ, ਜਿਵੇਂ ਆਪਾਂ ਨੋਰਮਲ ਜ਼ਿਆਦਾਤਰ ਗੁੜ ਚਾਹ ਲਈ ਜਾਂਦਾ, ਕਈ ਵਾਰ ਕਹਿੰਦੇ ਕਿ ਚਾਹ ਪਾਟ ਜਾਂਦੀ ਕਦੇ ਗੁੜ? ਹਾਂਜੀ ਹਾਂਜੀ ਹਾਂਜੀ, ਉਹੀ ਇਹੀ ਸਵਾਲ ਬਸ ਜਿਹੜਾ ਕਸਟਮਰ ਆਉਂਦਾ ਮੇਨ ਇਹੀ ਸਵਾਲ ਹੁੰਦਾ। ਪਰ ਜਿਹੜਾ ਅਸੀਂ ਗੁੜ ਵੇਚਦੇ ਹਾਂਗੇ ਉਹ ਸਾਰਾ ਬਿਨਾਂ ਕੈਮੀਕਲ ਤੋਂ ਇਹਦੇ ਮਤਲਬ ਪੂਰਾ ਚੜ੍ਹਾ ਕੇ ਬਣਾਇਆ ਜਾਂਦਾ ਹੈਗਾ ਵੀ ਉਹਦੇ 'ਚ ਚਾਹ ਕੋਈ ਫਟਣ ਦੀ ਕੋਈ ਸਮੱਸਿਆ ਨਹੀਂ ਆਉਂਦੀ ਗੀ ਇਸ ਲਈ। ਜਦੋਂ ਬੱਚਿਆਂ ਦੀ ਗੱਲ ਆ ਜਾਂਦੀ ਵਿਸ਼ੇਸ਼ ਤੌਰ 'ਤੇ, ਕਿਉਂਕਿ ਬੱਚਿਆਂ ਨੂੰ ਲੈ ਕੇ ਮਾਂ ਬਾਪ ਜਿਹੜੇ ਨੇ ਬੜੇ ਸੰਜੀਦਾ ਹੁੰਦੇ ਨੇ ਕਿ ਬੱਚੇ ਇੱਥੇ ਲਾਈਕ ਕਰ ਰਹੇ ਆ ਜੋ ਤੁਸੀਂ ਪ੍ਰਯੋਗ ਕਰ ਰਹੇ ਹੋ ਕਿ ਹਾਰਟ ਸ਼ੇਪ ਦੀ ਕੈਂਡੀਜ਼ ਬਣਾ ਰਹੇ ਹੋ ਜਾਂ ਚੋਕਲੇਟ ਗੁਆਲਾ ਗੁੜ ਜਿਹੜੇ ਉਹਦੇ ਪੀਸਿਸ ਤੁਸੀਂ ਬਣਾ ਰਹੇ? ਹਾਂਜੀ ਹਾਂਜੀ, ਉਹ ਬਹੁਤ ਕਰ ਰਹੇ ਆ, ਉਹ ਬਾਹਰ ਵਾਲੇ ਤਾਂ ਕਰਦੇ ਹੀ ਕਰਦੇ ਆ। ਮੇਰੇ ਆਪਦੇ ਬੱਚੇ ਆ ਛੋਟੇ, ਉਹ ਗੁੜੀਆ 5 ਕੁ ਸਾਲ ਦੀ ਆ ਅਤੇ ਔਰ ਬੇਟਾ ਹੈਗਾ ਛੋਟਾ, ਉਹ ਆ ਕੇ ਉਹ ਛੋਟੇ ਪੀਸ ਜਿਹੜੇ ਗੁੜ ਦੇ ਬਣੇ ਉਹ ਰੋਜ਼ਾਨਾ ਆ ਕੇ ਉਹਨਾਂ ਨੇ ਇੱਕ ਪੈਕਟ ਦੇ ਡੱਬਾ ਖੋਲ੍ਹਣਾ ਹੁੰਦਾ ਆ ਕੇ। ਆਹ ਬਾਈ ਜੀ ਦੀ ਸ਼ੋਪ ਤੁਸੀਂ ਵੇਖ ਰਹੇ ਹੋ ਇੱਥੇ, ਸਭ ਤੋਂ ਗੁੜ ਤੋਂ ਸ਼ੁਰੂ ਕਰ ਲੈਂਦੇ ਹਾਂ ਆਪਾਂ, ਆਹ ਜਿਹੜੀ ਸ਼ੁਰੂਆਤ ਦੀ ਗੱਲ ਕਰੀਏ ਆਪਾਂ ਬਾਈ ਜੀ, ਇਹ ਕੁਛ ਵੱਖਰੀ ਚੀਜ਼ ਹੈ ਜੀ ਇਹ? ਹਾਂਜੀ, ਇਹ ਜਿਵੇਂ ਆ ਗਿਆ ਗੁੜ ਨਾ 200 ਗ੍ਰਾਮ ਦਾ ਪੀਸ ਬਣਾਇਆ ਹੋਇਆ ਸਿੰਪਲ ਗੁੜਾ ਔਰ ਛੋਟੇ ਛੋਟੇ ਪੀਸ ਬਣਾਉਣ ਦਾ ਹੀ ਉਹ ਥੋੜ੍ਹਾ ਥੋੜ੍ਹਾ ਕੁਛ ਕਰਦੇ ਹਾਂ ਤਾਂ ਕੁਛ ਨਵਾਂ ਆਈਡੀਆ ਆਉਂਦਾ ਰਹਿੰਦਾ। ਇਹ ਪਹਿਲਾਂ ਇਹ 50 ਗ੍ਰਾਮ ਦਾ ਪੀਸ ਬਣਾਉਂਦੇ ਸੀਗੇ ਮੋਲਡ ਲਈ ਅਤੇ ਔਰ ਦੂਸਰਾ ਫਿਰ ਥੋੜ੍ਹਾ ਜਿਹਾ ਦਿਮਾਗ 'ਚ ਆਇਆ ਵੀ ਹੋਰ ਕੁਛ ਨਵਾਂ ਕਰਕੇ ਦੇਖੀਏ ਤਾਂ ਇਹ 200 ਗ੍ਰਾਮ ਦਾ ਪੀਸ ਬਣਾਇਆ ਸਿੰਪਲ ਗੁੜ ਦਾ ਹੈਗੇ ਆ। ਇਹਦੇ ਬਾਰੇ ਵੀ ਜਾਣਕਾਰੀ ਦਿਓ ਪਹਿਲੇ। ਹਾਂਜੀ, ਇਹ ਆਪ ਜਿਹੜੇ ਤੁਸੀਂ ਗੱਲ ਕਰਦੇ ਸੀ ਨਾ ਇਹ ਆਹ ਗੁੜ ਆ ਉਹ, ਔਰ ਇਹਦੇ ਵਿੱਚ ਇਹ 4 ਗ੍ਰਾਮ ਦਾ ਪੀਸ ਹੈ। ਇਹ 4 ਗ੍ਰਾਮ ਦੇ ਪੀਸ ਤੋਂ ਲੈ ਕੇ ਇਹ 15 ਗ੍ਰਾਮ ਦੇ ਪੀਸ ਤੱਕ ਇਹ ਜਿਹੜਾ ਹੈਗਾ ਗੁੜ ਬਣਦਾ ਔਰ ਛੋਟੇ ਤੋਂ ਛੋਟਾ ਇਹ 4 ਫਲੇਵਰਾਂ 'ਚ ਇਹ ਪੈਕਟ ਹੈਗਾ। ਚੋਕਲੇਟ ਹੀ ਵਾਲਾ? ਹਾਂਜੀ, ਇਹ ਚੋਕਲੇਟ ਵਾਲਾ ਆ ਗਿਆ, ਇਹ ਆਪਣਾ ਸੌਂਫ ਵਾਲਾ ਆ ਗਿਆ, ਔਲੇ ਆਂਵਲੇ ਵਾਲਾ ਆ ਗਿਆ ਔਰ ਸਿੰਪਲ ਗੁੜ, 4 ਤਰ੍ਹਾਂ ਦੇ ਗੁੜ ਇਹਦੇ ਵਿੱਚ ਜਿਹੜੇ ਹੈਗੇ। ਉਸ ਤੋਂ ਇਲਾਵਾ ਹੋਰ ਜਿਹੜੀ ਆਹ ਚੀਜ਼ ਹੈਗੀ ਹੈ ਇਹ ਕੀ ਚੀਜ਼ ਹੈ ਬਾਈ ਜੀ? ਇਹ ਚੋਕਲੇਟ ਵਾਲਾ ਗੁੜ ਆ ਗਿਆ ਜੀ, ਇਹਦੇ 'ਚ ਚੋਕਲੇਟ ਦਾ ਟੇਸਟ ਆਊਗਾ? ਹਾਂਜੀ, ਇਹਦਾ ਪੂਰਾ ਚੋਕਲੇਟ ਦਾ ਟੇਸਟ ਹੀ ਆਉਂਦਾ ਹੈਗਾ ਕਿਉਂਕਿ ਬੱਚੇ ਚੋਕਲੇਟ ਜ਼ਿਆਦਾ ਮੰਗਦੇ ਨਾ ਅੱਜ ਕੱਲ੍ਹ ਦੇ। ਹਾਂਜੀ, ਉਹ ਵੀ ਹੈਗੀ। ਹੋਰ ਕਿਹੜੀ ਖਾਸੀਅਤ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋ ਇੱਥੇ ਜਾਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਕਿ ਵੀ ਆਹ ਵੀ ਕੁਛ ਹੋ ਸਕਦਾ ਜੇਕਰ ਆਪਦਾ ਕੰਮ ਖੁਦ ਦਾ ਕੰਮ ਕੀਤਾ ਜਾਵੇ? ਕਿਉਂਕਿ ਅੱਜ ਦੇ ਟਾਈਮ 'ਚ ਜਿੱਥੇ ਕਹਿੰਦੇ ਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ, ਪਰ ਜੋ ਤੁਹਾਡੇ ਵਾਲੇ ਨੌਜਵਾਨ ਕੁਛ ਵੱਖਰਾ ਕਰਦਾ ਕਿਤੇ ਨਾ ਕਿਤੇ ਰਸਤਾ ਵੀ ਦਿਖਾਈ ਦਿੰਦਾ? ਇਹ ਹੁਣ ਜਿਵੇਂ ਜੀ ਡਰਾਈ ਫਰੂਟ ਵਾਲਾ ਗੁੜ ਆ, ਇਹ ਜ਼ਿਆਦਾਤਰ ਹੁਣ ਕੋਈ ਕਿਸੇ ਨੇ ਕੋਈ
किसी नूं रिश्तेदार नूं देना हुंदा जां देना हुंदा कोई उस तरह यह जांदा गुड़ कोई ड्राई फ्रूट वगैरह पा के पैकिंग वधिया की हुई है इहदी और इसलिए यह वरत्या जांदा हैगा। ये वरायटीज गुड़ च या शक्कर च भी हैगी जी? गुड़ दियां 10 वरायटियां, शक्कर दियां 2 वरायटियां हैगियां। दो शक्कर च की डिफरेंस है जी दोनों वरायटियां ने? इहदे विच इह हल्दी वाली शक्कर है जी। हल्दी वाली शक्कर? हाँ जी, क्योंकि कई बार डॉक्टर दस दें कि दुध हल्दी पा के पीनी। हाँ जी हाँ जी हाँ जी, वो उस लिए बहुत कारागर चीज़ हैगी बनाई। अच्छा, और हल्दी वाली? हाँ जी, ये हल्दी वाली शक्कर आ। और इनू मतलब नॉर्मली तो असं बोलते हैं भी जिमें दुध पीना गा, आप दुध के खंड ना पाओ, खंड की जगह शक्कर पा के इसनों वरतो। और काफ़ी वैसे मैं भी लैंना जा होर भी बच्चे साढ़े को आए सू बाद दसते है भी जिन जो असं इनू 10-15 दिन लें खाने दुध च पा के पीने तो मतलब जोड़े कोई अपने जोड़ वगैरह दर्द करते वो काफ़ी फर्क पैदा देना। जिमें इन्हों का जो फर्क की गल कर रही है जिमें आ दोनों का फर्क है जिमें दोनों ये जिमें येलो कलर है यदा कुछ डार्क कलर है ये एक ही चीज़ है भाई? ये कलर गुड़ का या शक्कर का ये गन्ने की वरायटी पर डिपेंड करता जी। गन्ने की वरायटी 85 वगैरह होंगी है यदा लाइट कलर च गुड़ बनता है और 238 वगैरह आ गए या दूसरे आ गए 64 आ गया वह थोड़ा डार्क कलर आ जाता है करके थोड़ा जहा कलर का फर्क आ जाता है। क्योंकि काफ़ी थोड़ा ये जो है गुड़ काफ़ी चर्चा का विषय बना इस करके सूँ भी इतने आना पे तो लोगों का रिस्पोंस सब तो वही गल कि लोगों का रिस्पोंस किस तरीके क्योंकि अज का टाइम यहोजा है जिसे रिस्क लैंड इंसान डरता है कि रिस्क लाव ना लवा तुम आपके काम में बुलंदियों छू रहे हो? हाँ जी, ये लोग मतलब आते है साढ़े को जोड़ा हूँ एक बार मतलब जो कोई एक आ गया ना कस्टमर साढ़े को अगले अपने रिश्तेदार या किसी होर यार दोस्त को दसदा गा तो वो साढ़े तो वह अगे गुड़ फिर मंगवाते है गए मतलब उस करके साड़ी आप असी कोई वो नहीं कर रहे जो एडवरटाइजमेंट नहीं करते गए पर साड़ी लोग एडवरटाइजमेंट करते अगे जाके। तो बिल्कुल ये तुम गुड़ की वरायटीज़ वेखियाँ कि किस तरीके वक्रे वक्रे टेस्ट दिए जा रहे हैं गुड़ में अज के टाइम क्योंकि जिते लोगों टेस्ट तो अज के टाइम चाहिए चाहिए है पर एक कंपीटिशन की गलबात करिए कंपीटिशन का जमाना वक् वक् थावों की गल करिए अड अड शेप्स दिखाई गई ने इसनों लैके कि वेख सकते हो कि हार्ट की तुम्हें शेप भी दिखाई कितने फ्लावर की शेप दिखाई देगी तो यकीन जो नौजवान कुछ वक्रा करने सोचते हैं तो कितना कितने अगे जरूर वधदे ने। तो फिलहाल की गल करिए इस गुड़ ने सानू भी आने मजबूर किया तुहानू भी दिखाया कि हल्दी वाला गुड़ भी हो सकता है या सौंफ वाला गुड़ भी हो सकता है ड्राई फ्रूट्स वाला गुड़ भी हो सकता जिसनों की हूँ लोग जो ने इस तरह भी यूज़ कर रहे हैं कहते रिश्तेदारों जितने मिठाई डब्बे देने होंगे ने उत्थे इस तरीके के पैकिंग सज दी जा रही ने। बठिंडा तो कैमरा पर्सन राजेश बागड़ी सूरज प्रकाश दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84374 94647 84374 94648।